ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਗਲੋਬਲ ਟਾਈਮ ਨਿਊਜ਼ 24। ਮੈਂ ਹਾਂ ਤੁਹਾਡਾ ਹੋਸਟ ਕਮਲ ਕੁਮਾਰ ਸੋਨਾ। ਜਨ ਮਾਰਦੇ ਹਾਂ ਅੱਜ ਦੀ ਪ੍ਰਮੁੱਖ ਖਬਰਾਂ ਦੇ ਉੱਪਰ। ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੁਰ ਅੱਜ ਅਤੇ ਕੱਲ੍ਹ ਕਰਨਗੇ ਹਰਿਆਣਾ ਦਾ ਦੌਰਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਆਗਾਮੀ ਕੇਂਦਰੀ ਬਜਟ 2023-24 ਲਈ ਪ੍ਰੀ ਬਜਟ ਮੀਟਿੰਗਾਂ ਦੀ ਸਮਾਪਤੀ ਕੀਤੀ। ਰੂਪਨਗਰ ਪੁਲਿਸ ਨੇ ਲੌਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ 4 ਦੋਸ਼ੀਆਂ ਨੂੰ 3 ਪਿਸਟਲ, 1 ਮੈਗਜ਼ੀਨ ਅਤੇ 22 ਜ਼ਿੰਦਾ ਕਾਰਤੂਸ ਸਮੇਤ ਕੀਤਾ ਗ੍ਰਿਫਤਾਰ। ਬਟਾਲਾ ਪੁਲਿਸ ਨੇ 2 ਬਦਨਾਮ ਦੋਸ਼ੀਆਂ ਨੂੰ 1 ਨਜਾਇਜ਼ ਪਿਸਤੌਲ, ਮੈਗਜ਼ੀਨ ਅਤੇ 6 ਜ਼ਿੰਦਾ ਕਾਰਤੂਸ ਸਮੇਤ ਕੀਤਾ ਗ੍ਰਿਫਤਾਰ। ਥਾਣਾ ਕੋਟਲੀ ਸੂਰਤਮੱਲੀ ਵਿਖੇ ਮਾਮਲਾ ਦਰਜ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਮਾਨ ਸਰਕਾਰ ਨੂੰ ਅੜਿਆ ਤੀ ਲਿਆ। ਕਿਹਾ, ਜੇਕਰ ਆਡੀਓ ਕਲਿੱਪ ਸਾਬਕਾ DGP ਖਿਲਾਫ਼ ਜਾਂਚ ਕਰਵਾ ਸਕਦੀ ਹੈ ਤਾਂ ਸਰਾਰੀ ਖਿਲਾਫ਼ ਕਿਉਂ ਨਹੀਂ। ਪ੍ਰਤਾਪ ਬਾਜਵਾ ਕਿਹਾ, ਪਖੰਡ ਛੱਡੋ, ਇੱਕ ਛੱਤ ਤੋਂ 2 ਮੌਸਮ ਨਹੀਂ ਹੋ ਸਕਦੇ। ਸੁੱਚਾ ਸਿੰਘ ਲੰਗਾਹ ਦੀ ਮਾਫ਼ੀ ਨੂੰ ਲੈ ਕੇ MP ਸਿਮਰਜੀਤ ਸਿੰਘ ਮਾਨ ਦਾ ਵੱਡਾ ਬਿਆਨ। ਕਿਹਾ, ਲੰਗਾਹ ਨੂੰ ਗੈਰ ਸਿਧਾਂਤਿਕ ਅਤੇ ਸਿੱਖੀ ਸੋਚ ਵਿਰੁੱਧ ਦਿੱਤੀ ਗਈ ਮਾਫ਼ੀ। ਗਿਆਨੀ ਹਰਪ੍ਰੀਤ ਸਿੰਘ ਨੂੰ ਕੌਮ ਦੇ ਮਾਨ ਸਨਮਾਨ ਲਈ ਮੁੜ ਵਿਚਾਰ ਕਰਨਾ ਚਾਹੀਦਾ ਹੈ। ਪੈਰਾ ਓਲੰਪੀਅਨ ਨਾਲ ਧੱਕਾਸ਼ਾਹੀ ਅਤੇ ਬਦਸਲੂਕੀ ਦੀ ਅਕਾਲੀ ਦਲ ਨੇ ਨਿਖੇਧੀ ਕੀਤੀ। ਆਮ ਆਦਮੀ ਪਾਰਟੀ ਦੀ ਸਰਕਾਰ ਧੱਕੇਸ਼ਾਹੀ ਨਾਲ ਪੈਰਾ ਓਲੰਪੀਅਨ ਦੀਆਂ ਮੰਗਾਂ ਨੂੰ ਕੁਚਲਣ ਦਾ ਯਤਨ ਕਰ ਰਹੀ ਹੈ। ਡਾਕਟਰ ਦਲਜੀਤ ਸਿੰਘ ਚੀਮਾ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਦਾ ਵਫਦ ਗਵਰਨਰ ਨੂੰ ਮਿਲਿਆ। ਕਿਹਾ, ਪੰਜਾਬ ਸਰਕਾਰ ਨੇ ਅਰਬਾਂ ਰੁਪਏ ਦੀ ਜ਼ਮੀਨ ਜੰਗਲਾਤ ਵਿਭਾਗ ਨੂੰ ਟ੍ਰਾਂਸਫਰ ਕੀਤੀ। ਵਫਦ ਨੇ ਸੌਂਪਿਆ ਗਵਰਨਰ ਨੂੰ ਮੰਗ ਪੱਤਰ। ਪੂਰੇ ਗੁਜਰਾਤ ਵਿੱਚ ਬਦਲਾਵ ਦੀ ਲਹਿਰ ਹੈ, ਮੁੱਖ ਮੰਤਰੀ ਭਗਵੰਤ ਮਾਨ। ਲੋਕ ਭਾਜਪਾ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਫਿਸ ਰਹੇ ਹਨ। ਹੁਣ ਹਰ ਵਰਗ ਭਾਜਪਾ ਤੋਂ ਛੁਟਕਾਰਾ ਚਾਹੁੰਦਾ ਹੈ। ਭਗਵੰਤ ਮਾਨ ਕਿਹਾ, ਭਾਜਪਾ ਵਾਲੇ ਪੈਸਿਆਂ ਦਾ ਲੜਾਈ ਦੇਣਗੇ ਪਰ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੋਟ ਪਾਉਣੀ ਹੈ। ਮੁੱਖ ਮੰਤਰੀ ਮਾਨ ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਪੰਜਾਬ ਵਿੱਚ ਬਿਜਲੀ ਮੁਫ਼ਤ ਕੀਤੀ ਹੈ, ਮੁਹੱਲਾ ਕਲੀਨਿਕ ਬਣਾਏ। ਇੱਕ ਮੌਕਾ ਦਿਓ, ਇਹ ਸਭ ਇੱਥੇ ਵੀ ਕਰਾਂਗੇ। ਭਗਵੰਤ ਮਾਨ ਇਸੇ ਤਰ੍ਹਾਂ ਦੀਆਂ ਜ਼ਬਰਦਸਤ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਅਤੇ ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ ਨੂੰ। ਹਰ ਇੱਕ ਖਬਰ ਨੂੰ ਤਫਤੀਸ਼ ਦੇ ਵਿੱਚ ਦੇਖਣ ਲਈ ਤੁਸੀਂ ਸਾਡੀ ਵੈਬਸਾਈਟ www.globaltimenews24.co.in 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਧੰਨਵਾਦ।